ਇਹਦੇ ਸਿਰ ਤੇ ਨਹੀਂ, ਇਹ ਚੱਕਰ ਬਣ ਜਾਂਦਾ ਕਰੇ ਉਂਗਲ ਐਵੇਂ ਕਰੀ ਜਾਂਦਾ। ਇਹ ਭਾਈ ਜੀ ਡੌਗ ਵਾਂਗੂ ਐ ਵੀ ਨਹੀਂ ਕਿ ਇਹਨਾਂ ਨੂੰ ਖਪ 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 ਕਰਕੇ ਖਾਣਾ, ਇਹਨੂੰ ਤੁਸੀਂ ਰੱਖ ਦਿਓ, ਇਹਨੇ ਉਹਨਾਂ ਕੀ ਲੈਣਾ ਆਪਣਾ ਸਾਈਡ ਤੇ ਬਹਿ ਜਾਣਾ, ਫਿਰ ਬਾਅਦ ਚੋਂ ਖਾਣਾ ਜਾ ਕੇ। ਇਹ ਨਹੀਂ ਵੀ ਇੱਕੋ ਵਾਰੀ ਉਹਨੇ ਸਾਰਾ ਖਤਮ ਕਰਨਾ, ਨਾ ਇਹਨੇ ਇੱਕ ਵਾਰੀ ਆਪਣੀ ਡਾਇਟ ਉਹਨੀ ਕੀ ਲੈਣੀ ਹੈ, ਫਿਰ ਸਾਈਡ 'ਤੇ ਬੈਠਾ ਐਵੇਂ। ਇੰਨਾ ਸਿਆਣਾ ਨਹੀਂ, ਕਿਸੇ ਦੇ ਮੂੰਹ ਨਹੀਂ ਮਾਰਨਾ, ਤੁਸੀਂ ਖਾਈ ਜਾਓ ਚਿਕਨ ਖਾਈ ਜਾਓ, ਤੁਹਾਡੇ ਨੇੜੇ ਨਹੀਂ ਆਊਗਾ ਜੀ। ਮੇਰੇ ਵਾਲਾ ਤਾਂ ਐਵੇਂ ਸੀਗਾ, ਇਹ ਵੀ ਸ਼ਾਇਦ ਵੀ ਨਿਕਲੇ ਸਿਆਣੇ ਹੁੰਦੇ। ਬਾਕੀ ਪਾਲਣ ਪੋਸ਼ਣ ਕਰਦਾ ਹੁੰਦਾ ਯਾਰ, ਜਿਵੇਂ ਆਪਾਂ ਪਾਲਣ ਪੋਸ਼ਣ ਦਾਂਗੇ ਜਾਨਵਰ ਨੇ ਤਾਂ ਆਉਂਦਾ ਬਸ ਇਹਨੂੰ ਪਰਸੋਂ ਨੂੰ ਹੀ ਲੈ ਜਾਣਾ ਮਨਾਲੀ, ਪਹਿਲਾ ਰੂਟ ਉੱਥੇ ਦੇ ਕਢਾਉਂਦੇ ਹਾਂ। ਪਰ ਵੈਸੇ ਕੁੱਤੇ ਫਰੂਟ ਸਬਜ਼ੀ ਦਾ ਕੰਮ ਹੋਊ ਮੰਡੀ ਜੀ ਕੁੱਲੂ। ਪਰ ਮੈਂ ਬਾਈ ਹੋਰ ਡੋਗ